ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਗੱਲ ਕਰਾਂਗੇ ਅੱਜ 25 ਮਈ ਰਾਤ ਦੇ ਮੌਸਮ ਦੀ ਕੀ ਦੇਰ ਸ਼ਾਮ ਤੋਂ ਲੈ ਕੇ ਕੱਲ ਸਵੇਰ ਤੱਕ ਕੀ ਮੌਸਮ ਪੰਜਾਬ ਦੀ ਹਲਚਲ ਹੋਣ ਦੇ ਸਾਰ ਨੇ ਕਿਹੜੇ ਇਲਾਕਿਆਂ ਦੇ ਵਿੱਚ ਬੱਦਲ ਵਜ ਤਾਬ ਮਨ ਹਵਾਵਾਂ ਸੋ ਸਾਰੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਸੋ ਪਹਿਲਾਂ ਤਾਜ਼ਾ ਸੈਟੇਲਾਈਟ ਤਸਵੀਰ ਦੇਖ ਰਹੇ ਹਾਂ ਇਸ ਵੇਲੇ ਸ਼ਾਮ ਦੀ ਤਾਂ ਮੌਸਮ ਪੰਜਾਬ ਦਾ ਜ਼ਿਆਦਾਤਰ ਸਾਫ਼ ਹੈ ਲਗਭਗ ਸਾਰੇ ਇਲਾਕਿਆਂ ਦੇ ਵਿੱਚ ਵੀ ਕੋਈ ਵੀ ਬੱਦਲਬਾਜ਼ੀ ਦਾ ਮਾਹੌਲ ਨਹੀਂ ਦੇਖਣ ਨੂੰ ਮਿਲ ਰਿਹਾ ਸੋ ਜਿਸ ਕਰਕੇ ਜ਼ਿਆਦਾਤਰ ਅਸਰ ਇਹ ਹੋਣਗੇ ਕਿ ਅੱਜ ਰਾਤ ਦੇ ਸਮੇਂ ਪੰਜਾਬ ਦਾ ਮੌਸਮ ਜ਼ਿਆਦਾਤਰ ਸਾਫ਼ ਅਤੇ ਖੁਸ਼ਕ ਬਣਿਆ ਰਹੇਗਾ ਬੱਦਲਬਾਜ਼ੀ ਕੁਝ ਹਲਕੀ ਫੁਲਕੀ ਤੜਕੇ ਸਮੇਂ ਕੁਝ ਇਹ ਦੇਖਣ ਨੂੰ ਮਿਲ ਸਕਦੀ ਹੈ ਆਵਾਜ਼ਾਂ ਹੀ ਹੋ ਸਕਦੀਆਂ ਬੱਦਲਾਂ ਦੀ ਪਰ ਉਹਦਾ ਕੋਈ ਖਾਸ ਅਸਰ ਪੰਜਾਬ ਦੇ ਮੌਸਮ ਦੇ ਉੱਪਰ ਨਹੀਂ ਰਹੇਗਾ ਤੇ ਰਾਤ ਦਾ ਜੋ ਤਾਪਮਾਨ ਹੈ ਲਗਭਗ 24 ਤੋਂ ਲੈ ਕੇ 26 ਜਾਂ 27 ਡਿਗਰੀ ਤੱਕ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਘੱਟੋ-ਘੱਟ ਤਾਪਮਾਨ ਦਰਜ ਕੀਤਾ ਜਾਵੇਗਾ ਆਮ ਦੇ ਮੁਕਾਬਲੇ ਜਿਹੜਾ ਟੈਂਪਰੇਚਰ ਆ 3 ਤੋਂ ਲੈ ਕੇ 5 ਡਿਗਰੀ ਘੱਟ ਰਹੇਗਾ ਸੋ ਜਿਸ ਕਰਕੇ ਰਾਤ ਵੇਲੇ ਗਰਮੀ ਤੋਂ ਰਾਹਤ ਬਣੀ ਰਹੇਗੀ ਤੇ ਹਵਾਵਾਂ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਹਵਾਵਾਂ ਪੰਜਾਬ ਦੇ ਵਿੱਚ ਪੂਰਬ ਦਿਸ਼ਾ ਤੋਂ ਹੀ ਵਗਣਗੀਆਂ ਹਾਲਾਂਕਿ ਗਤੀ ਥੋੜੀ ਜਿਹੀ ਘੱਟ ਰਹੇਗੀ ਅੱਧੀ ਰਾਤ ਤੋਂ ਬਾਅਦ ਤੜਕੇ ਸਮੇਂ ਹਲਕੀ-ਫੁਲਕੀ ਜਿਹੀ ਗਤੀ ਦੇ ਵਿੱਚ ਵਾਧਾ ਹੋਵੇਗਾ ਅਤੇ 10 ਤੋਂ ਲੈ ਕੇ 15 ਜਾਂ 20 ਕਿਲੋਮੀਟਰ ਰਫਤਾਰ ਤੱਕ ਦੀਆਂ ਹਵਾਵਾਂ ਪੰਜਾਬ ਦੇ ਵਿੱਚ ਵਗਣ ਗਈਆਂ।